ਤੁਹਾਡੇ ਘਰ ਦੇ ਵਿੱਚ ਵੀ ਬੱਚੇ ਨੇ ਅਤੇ ਤੁਸੀਂ ਉਹਨਾਂ ਨੂੰ ਮੋਬਾਈਲ ਫੋਨ ਚਲਾਉਣ ਦੇ ਲਈ ਦਿੰਦੇ ਹੋ ਤਾਂ ਇਹ ਖਬਰ ਧਿਆਨ ਦੇ ਨਾਲ ਸੁਣ ਲਿਓ, ਕਿਉਂਕਿ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ 3 ਸਾਲ ਦੀ ਬੱਚੀ ਨੂੰ ਉਸਦੇ ਮਾਪਿਆਂ ਦੇ ਵੱਲੋਂ ਮੋਬਾਈਲ ਫੋਨ ਦਿੱਤਾ ਜਾਂਦਾ ਹੈ ਕਿ ਬੱਚੀ ਮੋਬਾਈਲ ਫੋਨ ਦੇ ਨਾਲ ਖੇਡਦੀ ਰਹੇਗੀ, ਪਰ ਇਸੇ ਦੌਰਾਨ ਇੱਕ ਅਜਿਹਾ ਹਾਦਸਾ ਵਾਪਰਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਜਦੋਂ ਬੱਚੀ ਆਪਣੇ ਘਰ ਦੇ ਵਿੱਚ ਬੈਠ ਕੇ ਮੋਬਾਈਲ ਫੋਨ ਚਲਾ ਰਹੀ ਸੀ, ਮੋਬਾਈਲ ਦੇ ਉੱਪਰ ਵੀਡੀਓਜ਼ ਦੇਖ ਰਹੀ ਸੀ, ਤਾਂ ਇਸੇ ਦੌਰਾਨ ਮੋਬਾਈਲ ਦੇ ਵਿੱਚ ਧਮਾਕਾ ਹੋ ਜਾਂਦਾ ਹੈ, ਮੋਬਾਈਲ ਫੋਨ ਫਟ ਜਾਂਦਾ, ਜਿਸ ਕਾਰਨ ਬੱਚੀ ਦੇ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਬੱਚੀ ਕਾਫੀ ਜ਼ਿਆਦਾ ਝੁਲਸ ਜਾਂਦੀ ਹੈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਤੁਰੰਤ ਨੇੜਲੇ ਹਸਪਤਾਲ ਵਿੱਚ ਲਿਆਇਆ ਜਾਂਦਾ ਹੈ, ਜਿੱਥੇ ਹੁਣ ਡਾਕਟਰਾਂ ਦੇ ਵੱਲੋਂ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਮਾਮਲਾ ਗੁਰਦਾਸਪੁਰ ਦੇ ਹਰਦੋਪਥਵਾਲਾ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਇਹ 3 ਸਾਲ ਦੀ ਬੱਚੀ ਆਪਣੇ ਘਰ ਦੇ ਵਿੱਚ ਬੈਠ ਕੇ ਮੋਬਾਈਲ ਫੋਨ ਚਲਾ ਰਹੀ ਸੀ, ਤਾਂ ਇਸੇ ਦੌਰਾਨ ਮੋਬਾਈਲ ਫੋਨ ਫਟ ਜਾਂਦਾ ਹੈ ਅਤੇ ਬੱਚੀ ਜ਼ਖਮੀ ਹੋ ਜਾਂਦੀ ਹੈ। ਅਤੇ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਚਲਾਉਣ ਦੇ ਲਈ ਦਿੰਦੇ ਹੋ ਜਾਂ ਛੋਟੀ ਉਮਰ ਦੇ ਬੱਚਿਆਂ ਨੂੰ ਖੇਡਣ ਦੇ ਲਈ ਮੋਬਾਈਲ ਉਹਨਾਂ ਦੇ ਅੱਗੇ ਰੱਖ ਦਿੰਦੇ ਹੋ, ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਿਓ, ਕਿਉਂਕਿ ਇਹ ਮਾਮਲਾ 3 ਸਾਲ ਦੀ ਬੱਚੀ ਦੇ ਨਾਲ ਸੰਬੰਧਿਤ ਹੈ। ਜੋ 3 ਸਾਲ ਦੀ ਬੱਚੀ ਮੋਬਾਈਲ ਦੇ ਉੱਪਰ ਵੀਡੀਓਜ਼ ਦੇਖ ਰਹੀ ਸੀ, ਉਸੇ ਦੌਰਾਨ ਮੋਬਾਈਲ ਦੀ ਬੈਟਰੀ ਫਟਣ ਦਾ ਜੋ ਕਾਰਨ ਬਣਦਾ ਹੈ ਅਤੇ ਬੱਚੀ ਝੁਲਸ ਜਾਂਦੀ ਹੈ। ਉੱਥੇ ਹੀ ਜਾਣਕਾਰੀ ਦਿੰਦੇ ਹਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਅਤੇ ਡਾਕਟਰਾਂ ਨੇ ਕੀ ਕੁਝ ਕਿਹਾ, ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਫੋਨ ਚਲਾਉਣ ਡੇ ਸੀ ਵਿਹੜੇ ਬਹਿ ਕੇ, ਗੁੜੀਆ ਮੰਜੇ 'ਤੇ ਬਹਿ ਕੇ, ਅਤੇ ਉਹ ਹੱਥ 'ਚ ਹੀ ਪਾੜ ਗਿਆ ਅਤੇ ਅੱਗ ਲੱਗ ਗਈ, ਅਤੇ ਨਾਲ ਹੀ ਮੰਜਾ ਸੜ ਗਿਆ, ਨਾਲ ਹੀ ਕੱਪੜੇ ਸੜ ਗਏ, ਸਾਰੇ ਘਰ 'ਚ ਧੂੰਆਂ ਹੀ ਧੂੰਆਂ ਹੋ ਗਿਆ। ਕਦੋਂ ਦੀ ਗੱਲ ਹੈ? ਇਹ 10:30 ਵਜੇ ਦੀ ਗੱਲ ਹੈ, ਸਵੇਰ ਦੀ। ਹਾਂਜੀ, ਅੱਜ ਦੀ। 3 ਸਾਲ ਦੀ। ਰੈਗੂਲਰ ਬੱਚਾ ਪਹਿਲਾਂ ਵੀ ਫੋਨ ਚਲਾਉਂਦਾ ਸੀ ਜਾਂ? ਨਹੀਂ, ਅੱਗੇ ਵੀ ਚਲਾਉਂਦੀ ਸੀ, ਪਰ ਉੱਦਾਂ ਖੇਡਣ ਡੇ ਦੀ ਅਤੇ ਇਹਨਾਂ ਨੇ ਖੇਡਣ ਦੇ ਤੋਂ ਫੜਾ ਦਿੱਤਾ, ਪਰ ਚੱਲ ਹੁਣ ਵੀ ਖੇਡੇ ਲੱਗ ਜੇ। ਜਿਸ ਤਰ੍ਹਾਂ ਬੱਚੇ ਅੱਗੇ ਵੀ ਤਾਂ ਆਮ ਚਲਾਉਂਦੇ ਹੀ ਆ, ਹਰ ਬੱਚਾ ਚਲਾਉਂਦਾ ਹੈ, ਅਤੇ ਇਸ ਤਰ੍ਹਾਂ ਇਹਨੂੰ ਵੀ ਫੜਾ ਦਿੱਤਾ, ਵੀ ਕਿਹੜਾ ਅੱਜ ਨਵਾਂ ਫੜਿਆ ਸੀ, ਅੱਗੇ ਵੀ ਫੜਦੇ ਸੀ। ਅਤੇ ਉਹ ਚਲਾਉਂਦੇ ਚਲਾਉਂਦੇ ਕੱਪੜਿਆਂ ਸਮੇਤ ਹੀ ਅੱਗ ਲੱਗ ਗਈ, ਧੂੰਆਂ ਨਿਕਲ ਗਿਆ, ਅਤੇ ਬੈਟਰੀ ਜਿਹੜੀ ਉਹ ਨਹੀਂ ਨਹੀਂ ਚੁੱਕ ਕੇ ਲਿਆਂਦਾ, ਫਿਰ ਵੀ ਲਾ ਲਏ ਉਹਨਾਂ ਘਰੇ ਕੱਪੜੇ ਕੁੱਪੜੇ ਲਾ ਤੇ, ਅਤੇ ਇੱਥੇ ਲਿਆਂਦਾ ਅਤੇ ਐਮਰਜੈਂਸੀ ਦਾਖਲ ਕਰਾ ਤਾ। ਕੀ ਕਹਿਣਾ ਡਾਕਟਰ? ਡਾਕਟਰ ਹੁਣ ਇਲਾਜ ਕਰਨ ਡੇ ਆ। ਸੁਨੀਲ ਜੀ, ਕਿੱਥੋਂ ਦਾ ਬੱਚਾ ਜੀ? ਬੱਚਾ ਹਰਦੋਬਥਵਾਲੇ ਦਾ ਜੀ। ਕਿੰਨੀ ਉਮਰ? ਇਹਦੀ ਉਮਰ 3 ਸਾਲ ਹੈ ਜੀ। ਕੀ ਘਟਨਾ ਹੋਈ ਤੇ? ਘਟਨਾ ਜੀ, ਮੋਬਾਈਲ ਫੋਨ ਚਲਾਉਂਦੀ ਵੀ ਸੀ ਅਤੇ ਉਹ ਬਲਾਸਟ ਹੋ ਗਿਆ। ਕਦੋਂ ਦੀ ਘਟਨਾ? ਇਹ ਸਵੇਰ ਦੀ ਗੱਲ, 10:30। ਫਿਰ ਕਿਵੇਂ ਹਸਪਤਾਲ ਕਿਵੇਂ ਲਿਆਂਦਾ ਜੀ? ਹਸਪਤਾਲ ਫਿਰ ਜਲਦਬਾਜ਼ੀ ਦੇ ਵਿੱਚ ਮੋਟਰਸਾਈਕਲ 'ਤੇ ਲੈ ਕੇ ਆਏ। ਹਾਂਜੀ। ਕੀ ਕੰਡੀਸ਼ਨ ਹੈ ਬੱਚੇ ਦੀ? ਬਹੁਤ ਜ਼ਿਆਦਾ ਹਾਲਾਤ ਬੱਚੇ ਦਾ, ਬਹੁਤ ਮੁਸ਼ਕਲ, ਬਹੁਤ ਮੁਸ਼ਕਲ ਲਿਆਂਦਾ ਬੱਚੇ। ਡਾਕਟਰ ਇਲਾਜ ਕਰਦੇ ਪਏ। ਹਾਂਜੀ। ਇਹਨਾਂ ਨੂੰ ਸਵੇਰੇ 11:30 ਵਜੇ ਤੱਕ। ਬੱਚਾ ਮੇਰੇ ਛੋਟੇ ਭਰਾ ਦੀ ਬੇਟੀ ਹੈ। ਹਾਂਜੀ ਹਾਂਜੀ, ਪਹਿਲਾਂ ਵੀ ਚਲਾਉਂਦੇ ਰਹੇ। ਹਾਂਜੀ, ਸਾਡੇ ਕੋਲ 1-2 ਸਾਲ ਦੀ ਬੇਟੀ ਗੁੜੀਆ ਆਈ ਹੈ, ਉਹ ਮੋਬਾਈਲ ਦੇ ਨਾਲ ਖੇਡ ਰਹੀ ਸੀ ਜਾਂ ਮੋਬਾਈਲ ਦੇ ਨਾਲ ਕੁਛ ਵੀਡੀਓਜ਼ ਵਗੈਰਾ ਦੇਖ ਰਹੀ ਸੀ ਜਾਂ ਪੇਰੈਂਟਸ ਨੇ ਉਹ ਮੋਬਾਈਲ ਉਹਨੂੰ ਦਿੱਤਾ, ਉਹਦੇ ਮੋਬਾਈਲ ਦੀ ਬੈਟਰੀ ਫਟ ਗਈ, ਉਹਦੇ ਨਾਲ ਉਹਦਾ ਨੀਚੇ ਲੋਅਰ ਅਬਡੋਮਨ ਐਂਡ ਪੈਰੀਨੀਅਲ ਰੀਜਨ ਜਿਹੜਾ ਵਾ, ਜਿਹਨੂੰ ਆਪਾਂ ਥਾਈਜ਼ ਕਹਿ ਦਿੰਦੇ ਹਾਂ ਨੀਚੇ, ਉਹ ਸਾਰਾ ਬਰਨ ਹੋ ਗਿਆ। ਫਸਟ ਡਿਗਰੀ ਬਰਨ ਦੇ ਨਾਲ ਉਹਨੂੰ ਐਡਮਿਟ ਕੀਤਾ ਵਾ, ਆਪਾਂ ਫਸਟ ਏਡ ਉਹਨੂੰ ਦੇ ਦਿੱਤੀ ਗਈ ਹੈ। ਪੇਸ਼ੈਂਟ ਹੁਣ ਸਟੇਬਲ ਕੰਡੀਸ਼ਨ 'ਚ ਹੈਗਾ, ਬਟ ਅਜੇ ਵੀ ਆਪਾਂ ਅੰਡਰ ਆਬਜ਼ਰਵੇਸ਼ਨ ਰੱਖਿਆ ਹੋਇਆ। ਵਿਦਇਨ 24 ਆਵਰਸ ਉਹਦਾ ਅੱਗੇ ਪਤਾ ਲੱਗੇਗਾ ਵਿਦ ਇਨਵੈਸਟੀਗੇਸ਼ਨਸ ਦੇ ਨਾਲ।
ਫਿਲਹਾਲ ਜਿਹੜੀ ਹੈ ਪੇਸ਼ੈਂਟ ਸਟੇਬਲ ਕੰਡੀਸ਼ਨ ਚ ਹੈਗੀ। ਹਾਂਜੀ ਹਾਂਜੀ, ਮੋਬਾਈਲ ਜੋ ਹਿਸਟਰੀ ਦਿੱਤੀ ਹੈ ਪੇਸ਼ੈਂਟ ਨੇ ਕਿ ਮੋਬਾਈਲ ਦੇ ਨਾਲ ਬੱਚੀ ਖੇਡ ਰਹੀ ਸੀ ਜਾਂ ਵੀਡੀਓਜ਼ ਦੇਖ ਰਹੀ ਸੀ, ਉਹ ਮੋਬਾਈਲ ਫਟ ਗਿਆ ਤੇ ਉਹਦੀ ਬੈਟਰੀ ਸ਼ਾਇਦ ਉਹ ਫਟ ਗਈ ਤੇ ਉਹਦੇ ਕਰਕੇ ਜਿਹੜੀ ਆ ਉਹ ਫਾਇਰ ਜਿਹੜੀ ਆ ਅੱਗ ਆਲੇ ਦੁਆਲੇ ਲੱਗ ਗਈ, ਉਹਦੇ ਕੱਪੜੇ ਵੀ ਉਹਦੇ ਜਿਹੜੇ ਆ ਉਹ ਜਲ ਗਏ ਉਹਦੇ ਨਾਲ। ਹੁਣ ਪੇਸ਼ੈਂਟ ਸਟੇਬਲ ਹੈਗੀ। ਭਾਜੀ ਬੱਚੇ ਫੋਨ ਚਲਾਉਂਦੇ ਪਏ ਬਾਹਰ ਵਿਹੜੇ ਵਿੱਚ ਬੈਠ ਕੇ ਤੇ ਪਤਾ ਨਹੀਂ ਲੱਗਿਆ ਕਿੰਨਾ ਫੋਨ ਬਲਾਸਟ ਹੋ ਗਿਆ। ਨੁਕਸਾਨ ਜੀ ਆ ਬੱਚੇ ਦੇ ਲੱਤਾਂ ਸੜ ਗਈਆਂ। ਹਾਂਜੀ ਲੱਤਾਂ ਸੜ ਗਈਆਂ ਜੀ। ਗੁੜੀਆ 3 ਸਾਲ ਦੀ ਹੈ ਜੀ, ਦਿਵਿਆ ਨਾਂ ਇਹਦਾ, ਹਰਦੋ ਬਥਾਲੇ ਭਾਜੀ। ਇਹ ਘਟਨਾ ਜੀ 12:30 ਵਜੇ ਦੀ। ਹਾਂਜੀ ਬੱਚੀ ਠੀਕ ਹੈ, ਬਾਕੀ ਡਾਕਟਰ ਸਾਹਿਬ ਕਹਿੰਦੇ ਠੀਕ ਹੈ, ਟ੍ਰੀਟਮੈਂਟ ਕਰਨਗੇ, ਸਹੀ ਹੋ ਜਾਏਗਾ।